ਬਾਲ ਸੁਖਦੇਵ ਸ਼ਹੀਦ ਸੁਖਦੇਵ ਨੂੰ ਕੋਣ ਨਹੀਂ ਜਾਣਦਾ ਉਸ ਦਾ ਨਾਂ ਆਜ਼ਾਦੀ ਦੀ ਲੜਾਈ 'ਚ ਹਿੱਸਾ ਲੈਣ ਵਾਲਿਆਂ ਦੀ ਪਹਿਲੀ ਕਤਾਰ ਵਿੱਚ ਲਿਆ ਜਾਂਦਾ ਹੈ ਉਹ ਭਗਤ ਸਿੰਘ ਦਾ ਨੇੜੇ ਦਾ ਸਾਥੀ ਸੀ ਭਗਤ ਸਿੰਘ ਨਾਲ ਜਿਹੜੇ ਦੋ ਹੋਰ ਸਾਥੀਆਂ ਨੂੰ ਫਾਂਸੀ ਲਾਇਆ ਗਿਆ ਸੀ ਸੁਖਦੇਵ ਉਹਨਾਂ ਵਿੱਚੋਂ ਇੱਕ ਸੀ ਇਨਾਂ ਦਾ ਤੀਜਾ ਸਾਥੀ ਰਾਜਗੁਰੂ ਮਹਾਰਾਸ਼ਟਰ ਦਾ ਰਹਿਣ ਵਾਲਾ ਸੀ ਸੁਖਦੇਵ ਦਾ ਜਨਮ 15 ਮਈ 1907 ਈਸਵੀ ਨੂੰ ਪਿਤਾ ਰਾਮ ਲਾਲ ਥਾਪੜ ਅਤੇ ਮਾਤਾ ਰਲੀ ਦੇਹੀ ਦੇ ਘਰ ਲੁਧਿਆਣਾ ਵਿੱਚ ਹੋਇਆ ਆਓ ਅੱਜ ਤੁਹਾਨੂੰ ਸੁਖਦੇਵ ਦੇ ਬਚਪਨ ਦੀਆਂ ਕੁਝ ਗੱਲਾਂ ਦੱਸਦੇ ਹਾਂ ਸੁਖਦੇਵ ਦੀ ਚਚੇਰੀ ਭੈਣ ਗੋਰਾ ਸੁਖਦੇਵ ਨੂੰ ਬਹੁਤ ਪਿਆਰ ਕਰਦੀ ਸੀ ਉਹ ਬਚਪਨ ਉਹ ਬਚਪਨ ਵਿੱਚ ਸੁਖਦੇਵ ਨੂੰ ਗੋਦੀ ਚੁੱਕ ਕੇ ਖਿਡਾਉਂਦੀ ਹੁੰਦੀ ਸੀ ਗੋਰਾ ਸੁਖਦੇਵ ਤੋਂ 7 ਸਾਲ ਵੱਡੀ ਸੀ ਜਦ ਕਦੇ ਘਰ ਵਿੱਚ ਕੋਈ ਜੀ ਸੁਖਦੇਵ ਨੂੰ ਡਾਂਟਦਾ ਤਾਂ ਗੋਰਾ ਉਸ ਨਾਲ ਰੁੱਸ ਜਾਂਦੀ ਸੀ ਜਦ ਕਾਰ ਵਿੱਚ ਸੁਖਦੇਵ ਕੋਈ ਸ਼ਰਾਰਤ ਕਰਦਾ ਜਾਂ ਗਲਤੀ ਕਰਦਾ ਤਾਂ ਗੋਰਾ ਸੁਖਦੇਵ ਦਾ ਹੀ ਪਖਪੂਰਦੀ ਸੀ ਛੋਟੇ ਹੁੰਦਿਆਂ ਸੁਖਦੇਵ ਨੂੰ ਇਕੱਲਿਆਂ ਘੁੰਮਣ ਦਾ ਸ਼ੌਂਕ ਸੀ ਉਹ ਬੱਚਿਆਂ ਦੀ ਝੁਰਮੜ ਤੋਂ ਥੋੜਾ ਅਲੱਗ ਹੀ ਰਹਿੰਦਾ ਸੀ ਸੁਖਦੇਵ ਦੇ ਬਚਪਨ ਦੇ ਦਿਨਾਂ ਵਿੱਚ ਇਨ੍ਹਾਂ ਦੇ ਘਰ ਰਹਿਮਣ ਨਾਂ ਦੀ ਇੱਕ ਔਰਤ ਕੰਮ ਕਰਿਆ ਕਰਦੀ ਸੀ ਰਹਿਮਣ ਰਹਿਮਣ ਮਾਤਾ ਰਲੀ ਦੇਈ ਦਾ ਰਸੋਈ ਦੇ ਕੰਮ ਕਾਜ ਵਿੱਚ ਹੱਥ ਵਟਾਉਂਦੀ ਅਤੇ ਨਾਲ ਬੱਚਿਆਂ ਦੀ ਦੇਖਭਾਲ ਵੀ ਕਰਦੀ ਜਦੋਂ ਸੁਖਦੇਵ ਸਕੂਲ ਜਾਣ ਲੱਗ ਪਿਆ ਤਾਂ ਰਹਿਮਣ ਵੀ ਕਦੇ-ਕਦੇ ਸੁਖਦੇਵ ਨੂੰ ਤਿਆਰ ਕਰਕੇ ਸਕੂਲ ਪੇਸ਼ ਦੀ ਉਸ ਦੇ ਬਸਤੇ ਵਿੱਚ ਰੋਟੀ ਬਨ ਕੇ ਪਾਉਂਦੀ ਰਹਿਮਣ ਸੁਖਦੇਵ ਨੂੰ ਬਹੁਤ ਪਿਆਰ ਕਰਦੀ ਸੁਖਦੇਵ ਵੀ ਉਸ ਨੂੰ ਰਹਿਮਣ ਚਾਚੀ ਕਹਿ ਕੇ ਆਵਾਜ਼ ਮਾਰਦਾ ਘਰ ਵਿੱਚ ਸੁਖਦੇਵ ਨੂੰ ਬਹੁਤ ਸਾਰਾ ਪਿਆਰ ਮਿਲਣ ਕਰਕੇ ਉਹ ਸ਼ੁਰੂ ਤੋਂ ਥੋੜਾ ਵਖਰੀ ਤਰ੍ਹਾਂ ਦਾ ਜਿੱਦੀ ਬਾਲਕ ਸੀ ਕਈ ਵਾਰ ਸੁਖਦੇਵ ਰੋ ਤੋ ਕੇ ਵੀ ਆਪਣੀ ਜਿੱਦ ਪੂਰੀ ਕਰ ਲੈਂਦਾ ਸੀ ਜੇ ਕਦੇ ਕਿਸੇ ਗੱਲ ਜੇ ਕਦੇ ਕਿਸੇ ਗੱਲ ਤੇ ਰੋਣ ਲੱਗ ਪੈਂਦਾ ਤਾਂ ਲਗਾਤਾਰ ਰੋਂਦਾ ਹੀ ਰਹਿੰਦਾ ਬਚਪਨ ਦੇ ਇਨਾ ਸਾਲਾਂ ਵਿੱਚ ਤਾਂ ਉਸ ਦਾ ਸੁਭਾਅ ਚਿੜਚਿੜਾ ਵੀ ਬਣ ਗਿਆ ਸੀ ਛੋਟੇ ਹੁੰਦਿਆਂ ਸੁਖਦੇਵ ਇੱਕ ਵਾਰ ਲਹਿਲਪੁਰ ਚ ਆਪਣੇ ਘਰ ਦੇ ਨੇੜੇ ਬੱਚਿਆਂ ਨਾਲ ਖੇਡ ਰਿਹਾ ਸੀ ਖੇਡਦਿਆਂ ਹੋਇਆ ਇੱਕ ਬੱਚਾ ਨੇੜੇ ਦੇ ਇੱਕ ਖੂਹ ਵਿੱਚ ਡਿੱਗ ਪਿਆ ਸਾਰੇ ਬੱਚੇ ਖੂਹ ਦੀ ਮੋਹਣ ਦੇ ਨੇੜੇ ਖੜ ਕੇ ਉੱਚੀ-ਉੱਚੀ ਰੋਲਾ ਪਾਉਣ ਲੱਗੇ ਪਰ ਸੁਖਦੇਵ ਕਾਲੀ ਨਾਲ ਪੱਜ ਪੱਜਾ ਪੱਜਾ ਆਪਣੇ ਘਰ ਗਿਆ ਅਤੇ ਨੌਕਰ ਸ਼ਿਵਰਾਮ ਨੂੰ ਰੱਸੇ ਸਮੇਤ ਖੂਹ ਤੇ ਲੈ ਆਇਆ ਜੇਕਰ ਉਸ ਦਿਨ ਸੁਖਦੇਵ ਹੁਸ਼ਿਆਰੀ ਨਾ ਵਰਤਦਾ ਤਾਂ ਸ਼ਾਇਦ ਉਸ ਬੱਚੇ ਨੂੰ ਬਚਾਇਆ ਨਾ ਜਾ ਸਕਦਾ ਸੁਖਦੇਵ ਲੈਲਪੁਰ ਦੇ ਸਨਾਤਨ ਧਰਮ ਸਕੂਲ ਚ ਪੜਦਾ ਸੀ ਜਦੋਂ 13 ਅਪ੍ਰੈਲ 1919 ਨੂੰ ਜਲੀਆਂ ਵਾਲਾ ਬਾਗ ਦਾ ਸਾਕਾ ਵਾਪਰਿਆ ਤਾਂ ਸਾਰੇ ਪੰਜਾਬ ਵਿੱਚ ਸੋਗ ਦੀ ਲਹਿਰ ਦੌੜ ਗਈ ਅੰਗਰੇਜ਼ ਸਰਕਾਰ ਨੂੰ ਪਤਾ ਸੀ ਕਿ ਸਾਰੇ ਪੰਜਾਬ ਵਿੱਚ ਥਾਂ-ਥਾਂ ਰੋਸ ਵਿਖਾਵੇ ਹੋਣਗੇ ਇਸ ਕਰਕੇ ਅੰਗਰੇਜ਼ਾਂ ਨੇ ਜਲੀਆਂ ਵਾਲਾ ਬਾਗ ਦੇ ਸਾਕੇ ਤੋਂ ਤੀਜੇ ਦਿਨ ਸਾਰੇ ਪੰਜਾਬ ਵਿੱਚ ਫੌਜ ਅਤੇ ਫੌਜ ਅਤੇ ਪੁਲਿਸ ਤਾਇਨਾਤ ਤਾਇਨਾਤ ਕਰ ਦਿੱਤੀ ਸਰਕਾਰੀ ਦਫਤਰਾਂ ਵਿਦਿਅਕ ਅਦਾਰਿਆਂ ਅਤੇ ਹੋਰ ਸੰਸਥਾਵਾਂ ਵਿੱਚ ਅੰਗਰੇਜ਼ ਸਿਪਾਹੀ ਤਾਇਨਾਤ ਕਰ ਦਿੱਤੇ ਗਏ। ਸਨਾਤਨ ਧਰਮ ਸਕੂਲ ਲਾਇਲਪੁਰ ਦੇ ਮੁਖ ਅਧਿਆਪਕ ਨੇ ਸਰਕਾਰ ਵੱਲੋਂ ਆਏ ਹੁਕਮ ਅਨੁਸਾਰ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਕਿ ਹਰ ਰੋਜ਼ ਸਕੂਲ ਵਿੱਚ ਸਵੇਰ ਦੀ ਪ੍ਰਾਰਥਨਾ ਸਭਾ ਤੋਂ ਪਿਛੋਂ ਸਾਰੇ ਬੱਚੇ ਇੱਕ ਅੰਗਰੇਜ਼ ਅਫਸਰ ਨੂੰ ਸਲਾਮੀ ਦੇਣਗੇ। ਇੱਕ ਦਿਨ ਸਾਰੇ ਬੱਚੇ ਸਵੇਰ ਦੀ ਸਭਾ ਤੋਂ ਬਾਅਦ ਵਾਰੀ-ਵਾਰੀ ਅੰਗਰੇਜ਼ ਅਫਸਰ ਨੂੰ ਸਲਾਮੀ ਦੇ ਰਹੇ ਸਨ ਜਦੋਂ ਸਲਾਮੀ ਦੇਣ ਦੀ ਸੁਖਦੇਵ ਦੀ ਵਾਰੀ ਆਈ ਤਾਂ ਉਸਨੇ ਸਲਾਮੀ ਦੇਣ ਤੋਂ ਇਨਕਾਰ ਕਰ ਦਿੱਤਾ ਮੁੱਖ ਅਧਿਆਪਕ ਨੇ ਵੀ ਸੁਖਦੇਵ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਸਾਫ ਇਨਕਾਰ ਕਰ ਦਿੱਤਾ ਅੰਗਰੇਜ਼ ਅਫਸਰ ਅੱਗ ਬਗੋਲਾ ਹੋ ਗਿਆ ਸਲਾਮੀ ਨਾ ਦੇਣ ਕਰਕੇ ਸੁਖਦੇਵ ਨੂੰ ਸਕੂਲ ਦੇ ਮੁੱਖ ਅਧਿਆਪਕ ਤੋਂ ਮਾਰ ਵੀ ਖਾਣੀ ਪਈ ਜਦੋਂ ਸੁਖਦੇਵ ਸਲਾਮੀ ਦੇਣ ਲਈ ਨਾ ਮੰਨਿਆ ਤਾਂ ਅਗਰੇ ਤਾਂ ਅੰਗਰੇਜ਼ ਅਫਸਰ ਛਿੱਟਾ ਜਿਹੜਾ ਹੋ ਕੇ ਮੁਖ ਅਧਿਆਪਕ ਅਤੇ ਬਾਕੀ ਅਧਿਆਪਕਾਂ ਨੂੰ ਕੋਰਨ ਲੱਗ ਪਿਆ ਫਿਰ ਜਿੰਨੇ ਦਿਨ ਸਕੂਲ ਵਿੱਚ ਸਲਾਮੀ ਦੇਣ ਦਾ ਸਿਲਸਿਲਾ ਚੱਲਦਾ ਰਿਹਾ ਉਹਨੇ ਦਿਨ ਸੁਖਦੇਵ ਸਕੂਲ ਨਹੀਂ ਸਕੂਲ ਨਹੀਂ ਗਿਆ ਉਹਨੇ ਦਿਨ ਸੁਖਦੇਵ ਸਕੂਲ ਨਹੀਂ ਗਿਆ ਪਾਵੇਂ ਇਸ ਘਟਨਾ ਸਮੇਂ ਸੁਖਦੇਵ ਦੀ ਉਮਰ 12 ਸਾਲ ਸੀ ਪਰ ਉਸ ਦੇ ਮਨ ਵਿੱਚ ਅੰਗਰੇਜ਼ਾਂ ਪ੍ਰਤੀ ਨਫ਼ਰਤ ਪੈਦਾ ਹੋ ਚੁੱਕੀ ਸੀ ਇਸ ਤਰ੍ਹਾਂ ਦੀਆਂ ਸਲਾਮੀਆਂ ਲੈਣ ਤੋਂ ਅੰਗਰੇਜ਼ਾਂ ਦਾ ਇਹ ਭਾਵ ਸੀ ਕਿ ਹਿੰਦੂਸਤਾਨੀਆਂ ਨੂੰ ਦਬਾ ਕੇ ਰੱਖਿਆ ਜਾਵੇ ਅਤੇ ਗੁਲਾਮੀ ਦਾ ਅਹਿਸਾਸ ਕਰਾਇਆ ਕਰਵਾਇਆ ਜਾਵੇ ਬਾਲ ਸੁਖਦੇਵ ਦੀ ਅੰਗਰੇਜ਼ ਹਕੂਮਤ ਨਾਲ ਇਹ ਪਹਿਲੀ ਟੱਕਰ ਸੀ ਪਾਵੇਂ ਦੇਖਣ ਨੂੰ ਇਹ ਨਿੱਕੀ ਜਿਹੀ ਘਟਨਾ ਲੱਗਦੀ ਸੀ ਪਰ ਅਸਲ 'ਚ ਇਹ ਨਿੱਕੀ ਜਿਹੀ ਘਟਨਾ ਨਹੀਂ ਸੀ ਸਗੋਂ ਵੱਡੀ ਜੁਰਤ ਵਾਲੀ ਘਟਨਾ ਸੀ ਇਸ ਘਟਨਾ ਨੇ ਸੁਖਦੇਵ ਨੂੰ ਆਪਣੇ ਇਰਾਦੇ ਵਿੱਚ ਹੋਰ ਪੱਕਾ ਕਰ ਦਿੱਤਾ ਸੀ ਸੁਖਦੇਵ ਦੇ ਤਾਇਆ ਜੀ ਲਾਲਾ ਚਿੰਤਰਾਮ ਅਤੇ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਦਾ ਇੱਕ ਦੂਜੇ ਦੇ ਘਰ ਆਉਣ ਜਾਣ ਸੀ ਸੁਖਦੇਵ ਦਾ ਪਰਿਵਾਰ ਲਹਿਲਪੁਰ ਵਿੱਚ ਰਹਿ ਰਿਹਾ ਸੀ ਅਤੇ ਭਗਤ ਸਿੰਘ ਦਾ ਪਰਿਵਾਰ ਲਹਿਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ ਚੱਕ ਨੰਬਰ 105 GB ਵਿੱਚ ਰੇਰਿਆ ਸੀ ਇੱਕ ਦੋ ਵਾਰ ਜਦੋਂ ਕਿਸ਼ਨ ਸਿੰਘ ਲਾਲਾ ਚਿੰਤਰਾਮ ਦੇ ਕਰ ਲੈਲਪੁਰ ਵਿਖੇ ਆਏ ਤਾਂ ਉਹਨਾਂ ਦਾ ਪੁੱਤਰ ਬਾਲ ਭਗਤ ਸਿੰਘ ਵੀ ਉਹਨਾਂ ਦੇ ਨਾਲ ਹੁੰਦਾ ਸੀ ਕਿਸ਼ਨ ਸਿੰਘ ਤੇ ਚਿੰਤਰਾਮ ਆਪਣੀਆਂ ਕਿਸ਼ਨ ਸਿੰਘ ਤੇ ਚਿੰਤਰਾਮ ਆਪਣੀਆਂ ਗੱਲਾਂ ਵਿੱਚ ਰੁੱਝ ਜਾਂਦੇ ਸੁਖਦੇਵ ਅਤੇ ਸੁਖਦੇਵ ਅਤੇ ਭਗਤ ਸਿੰਘ ਹਾਣੀ ਹੋਣ ਕਰਕੇ ਆਪਸ ਵਿੱਚ ਖੇਡਣ ਲੱਗ ਜਾਂਦੇ ਉਹ ਮਿੱਟੀ ਦੇ ਘਰ ਬਣਾਉਣ ਦੀ ਖੇਡ ਖੇਡਦੇ ਉਹ ਮਿੱਟੀ ਦੇ ਘਰ ਬਣਾਉਂਦੇ ਅਤੇ ਖੇਡਣ ਵਿੱਚੋਂ ਆਪ ਹੀ ਢਾ ਦਿੰਦੇ ਮਿੱਟੀ ਤੇ ਉਹਨਾਂ ਦੀਆਂ ਨਿੱਕੀਆਂ-ਨਿੱਕੀਆਂ ਪੈੜਾਂ ਚਮਕਦੀਆਂ ਰਹਿੰਦੀਆਂ ਇਸ ਤਰ੍ਹਾਂ ਸੁਖਦੇਵ ਅਤੇ ਭਗਤ ਸਿੰਘ ਦੀ ਬਚਪਨ ਵਿੱਚ ਹੀ ਆੜੀ ਪੈ ਚੁੱਕੀ ਸੀ ਕੀ ਪਤਾ ਸੀ ਕਿ ਇਹਨਾਂ ਦੀ ਬਚਪਨ ਵਿੱਚ ਪਈ ਆੜੀ ਸਿਰਫ ਵਿਦਿਆਰਥੀ ਜੀਵਨ ਤੱਕ ਹੀ ਸੀਮਿਤ ਨਹੀਂ ਰਹੇਗੀ ਸਗੋਂ ਫਾਂਸੀ ਤੱਕ ਨਿਭੇਗੀ ਪਾਠ ਅਭਿਆਸ ਯਾਦ ਰੱਖਣ ਯੋਗ ਗੱਲਾਂ ਸ਼ਹੀਦ ਸੁਖਦੇਵ ਦਾ ਜਨਮ ਲੁਧਿਆਣਾ ਵਿੱਚ ਹੋਇਆ ਸ਼ਹੀਦ ਸੁਖਦੇਵ ਦਾ ਜਨਮ ਲੁਧਿਆਣਾ ਵਿੱਚ ਹੋਇਆ ਜਲੀਆਂ ਵਾਲੇ ਬਾਗ ਦਾ ਸਾਕਾ 13 April 1919 ਨੂੰ ਵਾਪਰਿਆ 23 ਮਾਰਚ 1931 ਨੂੰ 23 ਮਾਰਚ 1931 ਨੂੰ ਸੁਖਦੇਵ ਨੂੰ ਭਗਤ ਸਿੰਘ ਅਤੇ ਰਾਜਗੁਰੂ ਦੇ ਨਾਲ ਫਾਂਸੀ ਦਿੱਤੀ ਗਈ ਪੜੋ ਅਤੇ ਸਮਝੋ ਪੜੋ ਅਤੇ ਸਮਝੋ ਉੜਾ ਆਜ਼ਾਦੀ ਸੁਤੰਤਰਤਾ ਆਪਣੀ ਮਰਜ਼ੀ ਨਾਲ ਚੱਲਣ ਦਾ ਭਾਵ ਆੜਾ ਚੁਰਮਟ ਇਕੱਠ ਈੜੀ ਚਿੜਚਿੜਾ खिज्जण ਵਾਲਾ ਖਿੱਜੂ ਸੁਭਾਵ ਸੱਸਾ ਹੁਸ਼ਿਆਰੀ ਚੁਸਤੀ ਚਲਾਕੀ ਹਹਾ ਤੈਨਾਤ ਨਿਯੁਕਤ ਕਰਨਾ ਕਕਾ ਚਿੱਤ ਸ਼ਰਮਿੰਦਾ ਖਖਾ ਪਹਿਣਾ ਖਖਾ ਪਹਿੜਾ ਪੈਰਾਂ ਦੇ ਨਿਸ਼ਾਨ ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ भरो ਊੜਾ ਸੁਖਦੇਵ ਦੇ ਮਾਤਾ ਜੀ ਦਾ ਨਾਂ ਰਲੀ ਦੇ ਸੀ ਸੁਖਦੇਵ ਦੇ ਮਾਤਾ ਜੀ ਦਾ ਨਾਂ ਰਲੀ ਦੇ ਸੀ ਆੜਾ ਸੁਖਦੇਵ ਲੈਲਪੁਰ ਦੇ ਸਨਾਤਨ ਧਰਮ ਸਕੂਲ 'ਚ ਪੜਦਾ ਸੀ ਈੜੀ ਅੰਗਰੇਜ਼ ਅਫਸਰ ਅੱਗ ਬਗੋਲਾ ਹੋ ਗਿਆ ਅੰਗਰੇਜ਼ ਅਫਸਰ ਅੱਗ ਬਗੋਲਾ ਹੋ ਗਿਆ ਸਸਾ ਅੰਗਰੇਜ਼ ਹਕੂਮਤ ਨਾਲ ਸੁਖਦੇਵ ਦੀ ਇਹ ਪਹਿਲੀ ਟੱਕਰ ਸੀ ਹਾ ਸੁਖਦੇਵ ਦਾ ਪਰਿਵਾਰ ਲਹਿਲਪੁਰ ਵਿਖੇ ਰਹਿੰਦਾ ਸੀ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਊੜਾ ਸੁਖਦੇਵ ਦਾ ਜਨਮ ਕਦੋਂ ਹੋਇਆ ਸੁਖਦੇਵ ਦਾ ਜਨਮ 15 ਮਈ 1907 ਈਸਵੀ ਨੂੰ ਲੁਧਿਆਣਾ ਵਿੱਚ ਹੋਇਆ ਸੁਖਦੇਵ ਦਾ ਜਨਮ 15 ਮਈ 1907 ਈਸਵੀ ਨੂੰ 1907 ਈਸਵੀ ਨੂੰ ਲੁਧਿਆਣਾ ਵਿੱਚ ਹੋਇਆ ਆੜਾ ਸੁਖਦੇਵ ਦੀ ਚਚੇਰੀ ਭੈਣ ਦਾ ਕੀ ਨਾਮ ਸੀ ਅਤੇ ਉਹ ਸੁਖਦੇਵ ਨਾਲ ਕਿਸ ਤਰ੍ਹਾਂ ਦਾ ਵਰਤਾਅ ਕਰਦੀ ਸੀ ਸੁਖਦੇਵ ਦੀ ਚਚੇਰੀ ਭੈਣ ਦਾ ਨਾਮ ਗੋਰਾ ਸੀ ਉਹ ਸੁਖਦੇਵ ਨੂੰ ਬਹੁਤ ਪਿਆਰ ਕਰਦੀ ਸੀ ਉਹ ਸੁਖਦੇਵ ਨੂੰ ਬਹੁਤ ਪਿਆਰ ਕਰਦੀ ਸੀ ਈੜੀ ਜਦੋਂ ਬੱਚਾ ਖੂਹ ਵਿੱਚ ਡਿੱਗ ਪਿਆ ਤਾਂ ਸੁਖਦੇਵ ਨੇ ਉਸ ਨੂੰ ਬਚਾਉਣ ਲਈ ਕੀ ਕੀਤਾ ਜਦੋਂ ਬੱਚਾ ਖੂਹ ਵਿੱਚ ਡਿੱਗ ਪਿਆ ਤਾਂ ਸੁਖਦੇਵ ਆਪਣੇ ਘਰੋਂ ਨੌਕਰ ਸ਼ਿਵਰਾਮ ਨੂੰ ਰੱਸੇ ਸਮੇਤ ਲੈ ਕੇ ਆਇਆ ਸਸਾ ਜਲੀਆਂ ਵਾਲੇ ਬਾਗ ਦੇ ਸਾਕੇ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਸਾਰੇ ਪੰਜਾਬ ਵਿੱਚ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਕੀ ਕੀਤਾ ਜਲੀਆਂ ਵਾਲੇ ਬਾਗ ਦੇ ਸਾਕੇ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਸਾਰੇ ਪੰਜਾਬ ਵਿੱਚ ਫौज ਅਤੇ ਪੁਲਿਸ ਤਾਇਨਾਤ ਕਰ ਦਿੱਤੀ ਫौज ਅਤੇ ਪੁਲਿਸ ਤਾਇਨਾਤ ਕਰ ਦਿੱਤੀ ਸਾਰੇ ਪੰਜਾਬ ਵਿੱਚ ਫौज ਅਤੇ ਪੁਲਿਸ ਤਾਇਨਾਤ ਕਰ ਦਿੱਤੀ ਹਹਾ ਸੁਖਦੇਵ ਦੇ ਭਗਤ ਸਿੰਘ ਨਾਲ ਸੰਬੰਧ ਕਿਵੇਂ ਬਣੇ ਸੁਖਦੇਵ ਦੇ ਭਗਤ ਸਿੰਘ ਨਾਲ ਸੰਬੰਧ ਕਿਵੇਂ ਬਣੇ ਸੁਖਦੇਵ ਦੇ ਤਾਇਆ ਜੀ ਲਾਲਾ ਚਿੰਤਰਾਮ ਅਤੇ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਦਾ ਇੱਕ ਦੂਜੇ ਦੇ ਘਰ ਆਉਣ ਜਾਣ ਸੀ ਕਿਸ਼ਨ ਸਿੰਘ ਤੇ ਚਿੰਤਰਾਮ ਆਪਣੀਆਂ ਗੱਲਾਂ ਵਿੱਚ ਰੁੱਝ ਜਾਂਦੇ ਸੁਖਦੇਵ ਅਤੇ ਭਗਤ ਸਿੰਘ ਹਾਣੀ ਹੋਣ ਕਰਕੇ ਆਪਸ ਵਿੱਚ ਖੇਡਣ ਲੱਗ ਜਾਂਦੇ ਇਸ ਤਰ੍ਹਾਂ ਸੁਖਦੇਵ ਦੇ ਭਗਤ ਸਿੰਘ ਨਾਲ ਸੰਬੰਧ ਬਣੇ ਇਸ ਤਰ੍ਹਾਂ ਸੁਖਦੇਵ ਦੇ ਭਗਤ ਸਿੰਘ ਨਾਲ ਸੰਬੰਧ ਬਣੇ ਹੇਠ ਲਿਖੇ ਕੋਣ ਸਨ ਅੜਾ ਸੁਖਦੇਵ ਸੁਖਦੇਵ ਸਰਦਾਰ ਭਗਤ ਸਿੰਘ ਦਾ ਸਾਥੀ ਸੀ ਅੜਾ ਗੋਰਾ ਗੋਰਾ ਸੁਖਦੇਵ ਦੀ ਚਚੇਰੀ ਗੋਰਾ ਸੁਖਦੇਵ ਦੀ ਚਚੇਰੀ ਭੈਣ ਸੀ ਈੜੀ ਰਹੀਮਣ ਰਹੀਮਣ ਸੁਖਦੇਵ ਦੇ ਘਰ ਕੰਮ ਕਰਨ ਵਾਲੀ ਔਰਤ ਸੀ ਸਸਾ ਕਿਸ਼ਨ ਸਿੰਘ ਸਰਦਾਰ ਸਰਦਾਰ ਕਿਸ਼ਨ ਸਿੰਘ ਸਰਦਾਰ ਭਗਤ ਸਿੰਘ ਦੇ ਪਿਤਾ ਜੀ ਸਨ किशन सिंह सरदार किशन सिंह सरदार भगत सिंह ਦੇ ਪਿਤਾ ਪਿਤਾ ਜੀ ਸਨ ਅਧਿਆਪਕ ਆਪ ਬੋਲ ਕੇ ਵਿਦਿਆਰਥੀ ਨੂੰ ਲਿਖਣ ਲਈ ਕਹੇ ਅਧਿਆਪਕ ਆਪ ਬੋਲ ਕੇ ਵਿਦਿਆਰਥੀ ਨੂੰ ਲਿਖਣ ਲਈ ਕਹੇ ਉਹ भगत सिंह ਦਾ ਨੇੜੇ ਦਾ ਸਾਥੀ ਸੀ ਉਹ ਭਗਤ ਸਿੰਘ ਦਾ ਨੇੜੇ ਦਾ ਸਾਥੀ ਸੀ ਗੋਰਾ ਸੁਖਦੇਵ ਤੋਂ 7 ਸਾਲ ਵੱਡੀ ਸੀ ਉਸ ਦਾ ਸੁਭਾ ਚਿੜਚਿੜਾ ਸੀ ਉਸ ਦਾ ਸੁਭਾ ਚਿੜਚਿੜਾ ਸੀ ਸੁਖਦੇਵ ਅਤੇ ਭਗਤ ਸਿੰਘ ਖੇਡਣ ਲੱਗ ਜਾਂਦੇ ਸੁਖਦੇਵ ਅਤੇ ਭਗਤ ਸਿੰਘ ਖੇਡਣ ਲੱਗ ਜਾਂਦੇ ਇਹ ਘਟਨਾ ਨਿੱਕੀ ਨਹੀਂ ਸੀ ਇਹ ਘਟਨਾ ਨਿੱਕੀ ਨਹੀਂ ਸੀ ਪਾਠ ਦੇ ਆਧਾਰ ਤੇ ਹੇਠਾਂ ਦਿੱਤੇ ਗੋਲ ਚੱਕਰਾਂ ਵਿੱਚ ਬਾਲ ਸੁਖਦੇਵ ਦੇ ਸੁਭਾਅ ਬਚਪਨ ਬਾਰੇ ਜਾਣਕਾਰੀ ਲਿਖੋ ਬਾਲ ਸੁਖਦੇਵ ਜਿੱਦੀ ਹੁਸ਼ਿਆਰ ਅੰਗਰੇਜ਼ਾਂ ਪ੍ਰਤੀ ਨਫ਼ਰਤ ਆਜ਼ਾਦੀ ਲਈ ਲੜਨ ਵਾਲਾ ਟੱਕਰ ਲੈਣ ਵਾਲਾ ਭਗਤ ਸਿੰਘ ਦਾ ਸਾਥੀ ਬਾਲ ਸੁਖਦੇਵ ਦਾ ਸੁਭਾਅ ਜਿੱਦੀ ਸੀ ਹੁਸ਼ਿਆਰ ਸੀ ਅੰਗਰੇਜ਼ਾਂ ਪ੍ਰਤੀ ਨਫ਼ਰਤ ਵਾਲਾ ਸੀ ਆਜ਼ਾਦੀ ਲਈ ਲੜਨ ਵਾਲਾ ਸੀ ਟੱਕਰ ਲੈਣ ਵਾਲਾ ਸੀ ਭਗਤ ਸਿੰਘ ਦਾ ਸਾਥੀ ਸੀ